ਸਵਾਗਤ। ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰ ਰਿਹਾ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਮੇਘਾ ਤੇ ਮੈਂ ਹਾਂ ਦੇਵ ਕਪੂਰ। ਮੇਘਾ ਜੀ, ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਕਹਿੰਦੇ ਨੇ ਕਿ ਸੰਤੁਲਨ ਦਾ ਹੋਣਾ ਬਹੁਤ ਜ਼ਰੂਰੀ ਹੈ, ਬੈਲੈਂਸ ਦਾ ਹੋਣਾ ਜਿਹੜਾ ਕਾਫੀ ਜ਼ਰੂਰੀ ਹੁੰਦਾ। ਔਰ ਜਦੋਂ ਸੰਤੁਲਨ ਦੀ ਗੱਲ ਆਉਂਦੀ ਹੈ ਤਾਂ ਜ਼ਿੰਦਗੀ ਉਦੋਂ ਹੀ ਨਿਰੰਤਰ ਅੱਛੇ ਤਰੀਕੇ ਨਾਲ ਚੱਲਦੀ ਹੈ ਜਦੋਂ ਇਹ ਸੰਤੁਲਨ ਬਰਕਰਾਰ ਰਹਿੰਦਾ। ਬਚਪਨ ਤੋਂ ਅਸੀਂ ਸਕੂਲ ਦੇ ਵਿੱਚ ਵੀ ਔਰ ਘਰ ਦੇ ਵਿੱਚ ਮਾਪਿਆਂ ਤੋਂ ਵੀ ਇਹ ਸਿੱਖਿਆ ਲੈਂਦੇ ਆਏ ਹਾਂ ਕਿ ਜਿਹੜਾ ਵਾਤਾਵਰਣ ਹੈ, ਜੋ ਸਾਡਾ ਪਰਿਆਵਰਣ ਹੈ, ਜੋ ਸਾਡਾ ਇਨਵਾਇਰਮੈਂਟ ਹੈ, ਇਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਸਾਡੀ ਹੈ। ਕਿਉਂਕਿ ਵਾਤਾਵਰਣ, ਜੇ ਅਸੀਂ ਪ੍ਰੇਮੀ ਬਣਾਂਗੇ ਤਾਂ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਸੰਭਵ ਹੈ, ਕਿਉਂਕਿ ਵਾਤਾਵਰਣ ਤੋਂ ਬਿਨਾਂ ਜੀਵਨ ਅਸੀਂ ਸੋਚ ਵੀ ਨਹੀਂ ਸਕਦੇ। ਬਿਲਕੁਲ ਠੀਕ ਗੱਲ ਹੈ। ਵਾਤਾਵਰਣ ਨੂੰ ਜੇ ਅਸੀਂ ਸਾਂਭ ਕੇ ਰੱਖਾਂਗੇ ਤਾਂ ਹੀ ਵਾਤਾਵਰਣ ਕੱਲ੍ਹ ਨੂੰ ਸਾਨੂੰ ਸਾਂਭੇਗਾ। ਬਿਲਕੁਲ, ਇਸ ਵਿਸ਼ੇ 'ਤੇ ਹੀ ਗੱਲਬਾਤ ਕਰਾਂਗੇ। ਵਿਸ਼ਾ ਤੁਸੀਂ ਨੋਟ ਕਰ ਲਓ ਜੀ। ਜੀ, ਅੱਜ ਦਾ ਸਾਡਾ ਗੱਲਾਂ ਅਤੇ ਗੀਤ ਦਾ ਵਿਸ਼ਾ ਵੀ ਵਾਤਾਵਰਣ ਨਾਲ ਜੁੜਦਾ। ਵਿਸ਼ਾ ਹੈ ਜੀ, ਪ੍ਰਦੂਸ਼ਣ ਰਹਿਤ ਵਾਤਾਵਰਣ। ਔਰ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ, 0181-281-4261-4261-4264 ਇਹ ਨੰਬਰ ਮਿਲਾ ਕੇ ਤੁਸੀਂ ਵੀ ਆਪਣਾ ਕੋਈ ਸਵਾਲ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਖਾਸ ਤੌਰ 'ਤੇ ਸਟੂਡੀਓ ਦੇ ਵਿੱਚ ਸਾਡੇ ਸਾਰਿਆਂ ਨਾਲ ਮੌਜੂਦ ਨੇ ਡਾਕਟਰ ਸਰੋਜ ਬਾਲਾ ਜੀ। ਡਾਕਟਰ ਸਰੋਜ ਬਾਲਾ ਜੀ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਿਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਬਹੁਤ ਬਹੁਤ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਅਤੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਾਤਾਵਰਨ ਕੀ ਹੈ ਅਸੀਂ ਸਾਰੇ ਹੀ ਜਾਣਦੇ ਹਾਂ, ਅਸੀਂ ਵਾਤਾਵਰਨ ਦੇ ਵਿੱਚ ਰਹਿੰਦੇ ਹਾਂ। ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਕੀ ਸ਼ਾਬਦਿਕ ਅਰਥ ਤੁਸੀਂ ਲੈਂਦੇ ਹੋ ਵਾਤਾਵਰਨ ਦੇ। ਵਾਤਾਵਰਨ ਨੂੰ ਸਮਝਣ ਤੋਂ ਪਹਿਲਾਂ ਜੀ ਮੈਂ ਸਮਝਦੀ ਹਾਂ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਿਗ ਬੈਂਗ ਥਿਊਰੀ ਦੇ ਨਾਲ ਧਰਤੀ ਦੇ ਉੱਤੇ ਧਰਤੀ ਕਿਸ ਤਰ੍ਹਾਂ ਹੋਂਦ ਵਿੱਚ ਆਈ ਅਤੇ ਧਰਤੀ ਦੇ ਉੱਤੇ ਮਨੁੱਖ ਕਿਸ ਤਰ੍ਹਾਂ ਹੋਂਦ ਵਿੱਚ ਆਇਆ, ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਜੀ। ਫਿਰ ਅਸੀਂ ਵਾਤਾਵਰਨ ਪਹਿਲਾਂ ਮੁਕਾਮ ਹੈ ਕਿ ਵਾਤਾਵਰਨ ਕਦੀਮ ਦੇ ਵਕਤਾਂ ਚ ਇਹ ਬਿਗ ਬੈਂਗ ਥਿਊਰੀ ਦੇ ਨਾਲ ਧਰਤੀ ਦੇ ਉੱਤੇ ਤੇ ਫਿਰ ਅਚਾਨਕ ਇੱਕ ਮਹਾ ਵਿਸਫੋਟ ਹੋਇਆ ਤੇ ਸਾਡੇ ਖੂਬਸੂਰਤ ਸੰਸਾਰ ਦੀ ਸ਼ੁਰੂਆਤ ਹੋਈ। ਸੂਰਜ, ਚੰਨ, ਧਰਤੀ ਤੇ ਤਾਰੇ ਸਿਰਜੇ ਗਏ। ਪਾਣੀਆਂ ਨੇ ਸਮੁੰਦਰ ਲਬਾਲਬ ਭਰ ਦਿੱਤੇ। ਹਵਾਵਾਂ ਨੇ ਵਾਦੀਆਂ ਨੂੰ ਗੁਲਜ਼ਾਰ ਕੀਤਾ ਤੇ ਮੌਸਮਾਂ ਨੇ ਯੁੱਗਾਂ ਨੂੰ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਪੱਥਰ ਯੁੱਗ ਆਇਆ, ਚਲਾ ਗਿਆ। ਸਭਿਅਤਾ ਵਿਕਸਿਤ ਹੋਈ। ਧਰਤੀ ਦੀ ਕੁੱਖੋਂ ਕਈ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਗਈਆਂ। ਪਾਣੀਆਂ ਵਿੱਚ ਵਸਤਾਂ ਲੱਦੇ ਵਪਾਰੀ ਜਹਾਜ਼ ਨਿਤਰੇ, ਕਾਰਖਾਨੇ ਘੜੇ ਗਏ, ਸੁੱਖ ਸੁਵਿਧਾਵਾਂ ਵਿੱਚ ਵਾਧਾ ਹੋਇਆ, ਆਨੰਦ ਤੇ ਆਰਾਮ ਨਸੀਬ ਹੋਇਆ, ਸੁੰਦਰਤਾ ਨੇ ਚਹਿਲਕਦਮੀ ਕੀਤੀ। ਕਲਾ ਨੇ ਰੌਣਕ ਲਗਾਈ ਤੇ ਹੁਣ ਸਾਡੇ ਵਕਤਾਂ ਚ ਜ਼ਿੰਦਗੀ ਦਾ ਸੰਗੀਤ ਪੰਚਮ ਵਿੱਚ ਗੂੰਜ ਰਿਹਾ ਹੈ। ਕੀ ਤੁਸੀਂ ਅਸੀਂ ਹੁਣੇ ਉਹਨੇ ਇੱਕ ਕਲਿਪਿੰਗ ਦੇਖੀ ਜਿਹਦੇ ਵਿੱਚ ਬਿਗ ਬੈਂਗ ਥਿਊਰੀ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਵਾਤਾਵਰਣ ਨੂੰ ਸਮਝਣ ਤੋਂ ਪਹਿਲਾਂ ਬਿਗ ਬੈਂਗ ਥਿਊਰੀ ਨੂੰ ਸਮਝਣਾ ਜ਼ਰੂਰੀ ਹੈ। ਹੁਣ ਤੁਹਾਡੇ ਤੋਂ ਅਸੀਂ ਜਾਣਾਂਗੇ ਕਿ ਵਾਤਾਵਰਣ ਦੇ ਕੀ ਸ਼ਾਬਦਿਕ ਅਰਥ ਨੇ। ਵਾਤਾਵਰਣ ਦਾ ਅਰਥ ਹੈ ਆਲਾ ਦੁਆਲਾ, ਜੁਗਿਰਦਾ, ਅਤੇ ਅੰਗਰੇਜ਼ੀ ਵਿੱਚ ਅਸੀਂ ਇਸਨੂੰ ਸਰਾਊਂਡਿੰਗਸ ਵੀ ਕਹਿੰਦੇ ਹਾਂ। ਅਤੇ ਵਾਤਾਵਰਣ ਦੇ ਅੰਸ਼ ਜਿਹੜੇ ਹਨ ਉਹਨਾਂ ਨੂੰ ਵਾਤਾਵਰਨਿਕ ਤੱਤ ਕਹਿੰਦੇ ਹਨ, ਜਿਹੜੇ ਜੀਵਤ ਤੇ ਅਜੀਵਤ ਹੁੰਦੇ ਹਨ। ਇਹਨਾਂ ਦੋਨਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਇਹਨਾਂ ਦਾ ਆਪ ਇੱਕ ਦੂਜੇ 'ਤੇ ਬਹੁਤ ਡਿਪੈਂਡ ਕਰਦੇ ਹਨ ਇੱਕ ਦੂਜੇ ਦੇ ਉੱਤੇ। ਇਹਨਾਂ ਦੋਨਾਂ ਤੱਤਾਂ ਦੇ ਵਿੱਚ ਕੋਈ ਵੀ ਪਰਿਵਰਤਨ ਜਿਹੜਾ ਹੈ ਇਹ ਮਨੁੱਖ ਦੇ ਉੱਤੇ ਅਤੇ ਧਰਤੀ ਦੇ ਉੱਤੇ ਜੀਵ ਜੰਤੂਆਂ ਦੇ ਉੱਤੇ ਬੜਾ ਬੁਰਾ ਅਸਰ ਪਾਉਂਦੀਆਂ ਹਨ। ਸੋ ਇਹਨਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ, ਜੀਵਕ ਅਤੇ ਅਜੀਵਕ ਦੋਨਾਂ ਹੀ ਅੰਸ਼ਾਂ ਦਾ। ਤੇ ਸਾਡੇ ਉਦਯੋਗੀਕਰਨ, ਸ਼ਹਿਰੀਕਰਨ ਅਤੇ ਬਹੁਤ ਸਾਰੀਆਂ ਐਸੀਆਂ ਸਰਗਰਮੀਆਂ ਹਨ ਜਿਹੜੀਆਂ ਕਿ ਸਾਨੂੰ ਪ੍ਰੋਗਰੈਸ ਵੱਲ ਲੈ ਜਾਂਦੀਆਂ ਹਨ, ਉਹਨਾਂ ਕਰਕੇ ਸਾਡੇ ਜਿਹੜੇ ਇਹਨਾਂ ਦੋਨਾਂ ਜੀਵਤ ਅਤੇ ਅਜੀਵਤ ਚੀਜ਼ਾਂ ਦੇ ਵਿੱਚ ਇਮਬੈਲੈਂਸ ਕ੍ਰੀਏਟ ਹੋ ਗਿਆ ਹੈ, ਜਿਹਨੂੰ ਅਸੀਂ ਜਿਹਦਾ ਜਿਹਨੇ ਸਾਡੇ ਵਾਤਾਵਰਨ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਲੈ ਕੇ ਆਈਆਂ।
ਸੋ ਇਸ ਚੀਜ਼ ਨੂੰ ਅਸੀਂ ਪੋਲਿਊਸ਼ਨ ਵੀ ਕਹਿੰਦੇ ਹਾਂ ਜਾਂ ਪ੍ਰਦੂਸ਼ਣ ਵੀ ਕਹਿੰਦੇ ਹਾਂ ਜਿਹਦਾ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸੋ ਇਸ ਵਾਤਾਵਰਨ ਦੇ ਵਿੱਚ ਬੈਲੈਂਸ ਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਅਤੇ ਇਸ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਸ ਤਰ੍ਹਾਂ ਕਿ ਉਦਯੋਗੀਕਰਨ ਕਰਕੇ ਇੰਡਸਟਰੀਅਲ ਯੂਨਿਟਸ ਲੱਗ ਰਹੇ ਹਨ, ਖੇਤੀਬਾੜੀ ਦੀਆਂ ਆਧੁਨਿਕਰਨ ਹੋ ਰਿਹਾ ਹੈ ਜਿਹਦੇ ਵਿੱਚ ਜ਼ਿਆਦਾ ਉਪਜ ਲੈਣ ਵਾਸਤੇ ਪੈਸਟੀਸਾਈਡਸ ਦਾ ਸਪਰੇਅ ਕੀਤਾ ਜਾਂਦਾ ਹੈ, ਉਹਦੇ ਨਾਲ ਸਾਡੇ ਹਵਾ ਦਾ ਪੋਲਿਊਸ਼ਨ, ਪਾਣੀ ਦਾ ਪੋਲਿਊਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਵੱਧ ਰਹੀਆਂ ਹਨ। ਸੋਇਲ ਪੋਲਿਊਸ਼ਨ ਵੱਧ ਰਿਹਾ ਹੈ ਜਿਹੜਾ ਕਿ ਬਹੁਤ ਦੇਰ ਤੱਕ ਧਰਤੀ ਦੇ ਵਿੱਚ ਇਹ ਜਿਹੜੇ ਅਸੀਂ ਕੀਟਨਾਸ਼ਕ ਯੂਜ਼ ਕਰਦੇ ਹਾਂ ਉਹਨਾਂ ਦਾ ਅਸਰ ਜਿਹੜਾ ਹੈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਹਨ ਉਹਨਾਂ ਨੂੰ ਭੁਗਤਣਾ ਪਏਗਾ। ਸਰੋਜੀ, ਕਹਿਣ ਦਾ ਮਤਲਬ ਇਹੀ ਹੈ ਕਿ ਇੱਕ ਸਵਾਲ ਜਿਹੜਾ ਹੈ ਅੱਜ ਮਨੁੱਖਤਾ ਨੂੰ ਸਾਡੇ ਸਾਹਮਣੇ ਜਿਹੜਾ ਇੱਕ ਸਵਾਲ ਖੜਾ ਹੁੰਦਾ ਹੈ ਕਿ ਜ਼ਿੰਮੇਵਾਰ ਕੌਣ ਹੈ, ਔਰ ਜਵਾਬ ਸ਼ਾਇਦ ਸਾਡੇ ਕੋਲ ਹੈਗਾ ਕਿ ਅਸੀਂ ਹੀ ਜ਼ਿੰਮੇਵਾਰ ਹੈਗੇ ਹਾਂ ਕਿਤੇ ਨਾ ਕਿਤੇ, ਜਾਣੇ ਜਾਣੇ ਵਿੱਚ ਸਾਡੇ ਤੋਂ ਹੀ ਇਹ ਨੁਕਸਾਨ ਜਿਹੜਾ ਹੋ ਰਿਹਾ, ਔਰ ਵਕਤ ਦੀ ਇਹ ਤਰਾਜ਼ਦੀ ਹੈ ਕਿ ਅੱਜ ਹਾਲਾਤ ਜਿਹੜੇ ਆ ਸਾਡੇ ਸਾਹਮਣੇ ਬਣਦੇ ਜਾ ਰਹੇ ਆ, ਕਿਉਂਕਿ ਕਹਿੰਦੇ ਨੇ ਕਿ ਵਾਤਾਵਰਣ ਨਾਲ ਛੇੜਛਾੜ ਆਪਣੀ ਹੀ ਜ਼ਿੰਦਗੀ ਨਾਲ ਸਭ ਤੋਂ ਵੱਡਾ ਹੈ ਖਿਲਵਾੜ। ਹੁਣ ਜੇ ਅਸੀਂ ਗੱਲ ਕਰੀਏ, ਤੁਸੀਂ ਵਾਤਾਵਰਣ ਦੀ ਪਰਿਭਾਸ਼ਾ ਸਾਨੂੰ ਦੱਸੀ, ਹੁਣ ਅਸੀਂ ਅੱਗੇ ਵੱਧਦੇ ਹਾਂ ਕਿ ਕਿਵੇਂ ਵਾਤਾਵਰਣ ਪ੍ਰਦੂਸ਼ਿਤ ਹੋਇਆ, ਪ੍ਰਦੂਸ਼ਣ ਦੇ ਬਾਰੇ ਥੋੜ੍ਹਾ ਸਾਨੂੰ ਦੱਸੋ ਕਿ ਪ੍ਰਦੂਸ਼ਣ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਪ੍ਰਦੂਸ਼ਣ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ। ਪ੍ਰਦੂਸ਼ਣ ਜਿਹੜਾ ਹੈ ਕੋਈ ਵੀ ਪਰਿਵਰਤਨ ਕਿਸੇ ਵੀ ਅੰਸ਼ ਵਿੱਚ, ਵਾਤਾਵਰਣ ਦੇ ਕਿਸੇ ਵੀ ਅੰਸ਼ ਦੇ ਵਿੱਚ ਪਰਿਵਰਤਨ ਜਿਹੜਾ ਹੈ ਜਿਹੜਾ ਕਿ ਸਾਡੇ ਵਾਤਾਵਰਣ ਦੇ ਉੱਤੇ ਪ੍ਰਤੀਕੂਲ ਅਸਰ ਪਾਉਂਦਾ ਹੈ ਉਸਨੂੰ ਅਸੀਂ ਪ੍ਰਦੂਸ਼ਣ ਕਹਿੰਦੇ ਹਾਂ। ਅਤੇ ਪ੍ਰਦੂਸ਼ਣ ਜਿਹੜਾ ਹੈ ਹਵਾ ਦਾ ਪ੍ਰਦੂਸ਼ਣ ਹੈ, ਜਲ ਦਾ ਪ੍ਰਦੂਸ਼ਣ ਹੈ, ਧਰਤੀ ਦਾ ਪ੍ਰਦੂਸ਼ਣ ਹੈ, ਉਸ ਤੋਂ ਬਾਅਦ ਜਿਹਨੂੰ ਅਸੀਂ ਸੋਇਲ ਪੋਲਿਊਸ਼ਨ ਵੀ ਕਹਿ ਸਕਦੇ ਹਾਂ, ਅਤੇ ਉਸ ਤੋਂ ਬਾਅਦ ਆਵਾਜ਼ ਦਾ ਪੋਲਿਊਸ਼ਨ ਹੈ, ਸਾਊਂਡ ਪੋਲਿਊਸ਼ਨ ਜਿਸਨੂੰ ਕਹਿ ਦਿੰਦੇ ਹਾਂ, ਅਤੇ ਰੇਡੀਏਸ਼ਨ ਦਾ ਪੋਲਿਊਸ਼ਨ ਹੈ, ਕਿਰਨਾਂ ਦਾ ਪੋਲਿਊਸ਼ਨ ਹੈ। ਸੋ ਇਹ ਪੰਜ ਤਰ੍ਹਾਂ ਦੇ ਪੋਲਿਊਸ਼ਨ ਹਨ। ਅਤੇ ਇਹਨਾਂ ਪੋਲਿਊਸ਼ਨ ਦੇ ਵਿੱਚ, ਇਹਨਾਂ ਪ੍ਰਦੂਸ਼ਣ ਦੇ ਵਿੱਚ ਹਵਾ ਦਾ ਪੋਲਿਊਸ਼ਨ, ਪਾਣੀ ਦਾ ਪ੍ਰਦੂਸ਼ਣ, ਇਹ ਸਾਰੇ ਅਸੀਂ ਇਹਨਾਂ ਸਾਰੇ ਪ੍ਰਦੂਸ਼ਣ ਨੂੰ ਲੈ ਲਈਏ, ਅਸੀਂ ਇਹ ਨਹੀਂ ਕਹਿ ਸਕਦੇ ਕਿਹੜਾ ਪ੍ਰਦੂਸ਼ਣ ਜ਼ਿਆਦਾ ਹਾਨੀਕਾਰਕ ਹੈ। ਪਰ ਜੇ ਅਸੀਂ ਹਵਾ ਦੀ ਗੱਲ ਕਰੀਏ ਤਾਂ ਹਵਾ ਜਦੋਂ ਪ੍ਰਦੂਸ਼ਣ ਹੋ ਜਾਂਦੀ ਹੈ, ਹਵਾ ਦੇ ਪ੍ਰਦੂਸ਼ਣ ਹੋਣ ਦੇ ਕਾਰਨ ਜਿਹੜੇ ਹਨ ਉਹ ਡੋਮੈਸਟਿਕ ਰੀਜ਼ਨਸ ਵੀ ਹਨ, ਘਰੇਲੂ ਕਾਰਨ ਵੀ ਹਨ। ਜਿਸ ਤਰ੍ਹਾਂ ਕਿ ਅਸੀਂ ਘਰਾਂ ਦੇ ਵਿੱਚ ਖਾਣਾ ਬਣਾਉਣ ਵਾਸਤੇ ਅਸੀਂ ਪੈਟਰੋਲੀਅਮ ਜਾਂ ਗੈਸ ਜਾਂ ਪਿੰਡਾਂ ਦੇ ਵਿੱਚ ਜਿਹੜਾ ਗੋਹਾ ਪਾਥੀਆਂ ਅਸੀਂ ਜਲਾਉਂਦੇ ਹਾਂ ਉਹਦਾ ਧੂੰਆਂ ਜਿਹੜਾ ਹੈ ਹਵਾ ਦੇ ਵਿੱਚ ਮਿਕਸ ਹੋ ਜਾਂਦਾ ਜੀ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਉਦਯੋਗ ਦੀ, ਉਦਯੋਗ ਕਾਰਖਾਨਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਫੈਕਟਰੀਆਂ ਹਨ, ਕਾਗਜ਼ ਬਣਾਉਣ ਵਾਲੀਆਂ, ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਹਨ, ਹੋਰ ਜਿਹੜੀਆਂ ਧਾਤਾਂ ਬਣਾਉਣ ਵਾਲੀਆਂ ਹਨ, ਸੋ ਇਹ ਸਾਰੇ ਕਾਰਖਾਨੇ ਜਿਹੜੇ ਹਨ ਜ਼ਹਿਰੀਲੀ ਗੈਸਾਂ ਜਿਹੜੀਆਂ ਹਨ। ਜਿਹੜੇ ਕਾਰਨ ਤੁਸੀਂ ਲਗਾਤਾਰ ਦੱਸ ਰਹੇ ਹੋ ਇਹਨਾਂ ਬਾਰੇ ਤੁਹਾਡੇ ਤੋਂ ਵਿਸਥਾਰ ਨਾਲ ਜਾਣਾਂਗੇ ਕਿ ਉਹਨਾਂ ਕਾਰਨ ਦੀ ਗੱਲ ਹੋ ਰਹੀ ਹੈ ਤੇ ਕਲਿੱਪਿੰਗ ਵੀ ਦੇਖ ਲਈਏ। ਹਾਂਜੀ ਹਾਂ। ਸਾਡੀ ਅੰਨੇਵਾਹ ਤਰੱਕੀ ਦੀ ਬੇਮਹਾਰੀ ਤਮੰਨਾ ਸਾਡਾ ਹਰ ਖਿੱਤੇ ਵਿੱਚ ਸਭ ਨੂੰ ਪਿੱਛੇ ਸੁੱਟ ਜਾਣ ਦਾ ਵਿਵੇਕਹੀਨ ਵਿਚਾਰ ਤੇ ਮਨਾਂ ਵਿੱਚ ਲਾਲਚ, ਦਹਿਸ਼ਤ ਤੇ ਹਉਮੈ ਦਾ ਵਿਸ਼ਾਲ ਸਮਰਾਜ ਸਾਨੂੰ ਮਜਬੂਰ ਕਰਦਾ ਹੈ ਵੱਡੇ ਤੋਂ ਵੱਡੇ ਕਾਰਖਾਨੇ ਲਾਈਏ, ਦਿਨ ਰਾਤ ਨੂੰ ਸ਼ਿਫਟਾਂ ਵਿੱਚ ਇੱਕ ਕਰ ਦਈਏ ਤੇ ਅਸਮਾਨ ਛੂੰਹਦੀਆਂ ਚਿਮਨੀਆਂ ਚੋਂ ਹਰ ਵੇਲੇ ਉਹ ਧੂੰਆਂ ਕੱਢਦੇ ਰਹੀਏ ਜੋ ਸਾਡੀ ਪਾਪੀ ਜੇਬ ਭਰਦਾ ਰਹੇ ਤੇ ਪ੍ਰਾਣਾਂ ਦਾ ਨਾਸ਼ ਕਰਦਾ ਰਹੇ। ਅਸੀਂ ਹਰੇ ਭਰੇ ਜੰਗਲਾਂ ਨੂੰ ਸਵਾਹ ਕਰੀ ਜਾਂਦੇ ਹਾਂ ਤੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰੀ ਜਾਂਦੇ ਹਾਂ ਤੇ ਵਿਚਾਰੇ ਸੂਰਜ ਦੀ ਰੋਸ਼ਨੀ ਨੂੰ ਕਾਲੀ ਸਿਆਹੀ ਕਰੀ ਜਾਂਦੇ ਹਾਂ। ਕੀ ਸਾਨੂੰ ਇਲਮ ਹੈ ਕਿ ਅਸੀਂ ਕਿਸ ਤਰੱਕੀ ਦੇ ਪਾਗਲਪਨ ਵਿੱਚ ਕੁਦਰਤ ਦਾ ਬੇਸ਼ਕੀਮਤੀ ਤਵਾਜ਼ਨ ਬੁਰੀ ਤਰ੍ਹਾਂ ਵਿਗਾੜ ਰਹੇ ਹਾਂ ਤੇ ਇਸ ਠੰਡੀਆਂ ਛਾਵਾਂ ਦੀ ਧਰਤੀ ਨੂੰ ਤਪਦੀ ਭੱਠੀ ਬਣਾਈ ਜਾ ਰਹੇ ਹਾਂ। ਆਪਣੇ ਪਰਉਪਕਾਰੀ ਰੂਪ ਵਿੱਚ ਨਿਰੰਤਰ ਰੁੱਝੀ ਰਹਿੰਦੀ ਹੈ। ਅਸੀਂ ਕਲਿੱਪਿੰਗ ਹੁਣੇ ਹੁਣੇ ਦੇਖੀ, ਅਸੀਂ ਦੇਖ ਰਹੇ ਹਾਂ ਲਗਾਤਾਰ ਇੰਨਾ ਪ੍ਰਦੂਸ਼ਣ, ਚਾਹੇ ਉਹ ਹਵਾ ਦਾ ਲੈ ਲਈਏ, ਚਾਹੇ ਪਾਣੀ ਦਾ ਲੈ ਲਈਏ, ਚਾਹੇ ਰੇਡੀਏਸ਼ਨ ਦੀ ਤੁਸੀਂ ਗੱਲ ਕੀਤੀ, ਅਤੇ ਕਿੰਨਾ ਜ਼ਿਆਦਾ ਮਾੜਾ ਪ੍ਰਭਾਵ ਪੈ ਰਿਹਾ ਸਾਡੇ ਉੱਤੇ ਇਸ ਪ੍ਰਦੂਸ਼ਣ ਦਾ। ਜੇ ਅਸੀਂ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਦੇ ਵਿੱਚ ਜਿੰਨੀਆਂ ਹਾਨੀਕਾਰਕ ਗੈਸਿਸ ਨੇ ਜਿਸ ਤਰ੍ਹਾਂ ਆਟੋਮੋਬਾਈਲਸ ਦੇ ਵਿੱਚੋਂ ਨਿਕਲਦੀਆਂ ਹਨ ਉਹ ਸਾਡੀਆਂ ਅੱਖਾਂ ਨੂੰ ਅਤੇ ਸਾਡੇ ਨੱਕ 'ਤੇ ਇਰੀਟੇਸ਼ਨ ਕਰਦੀਆਂ ਹਨ, ਸਾਡੇ ਫੇਫੜਿਆਂ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਦਮਾ ਇੱਕ ਬਹੁਤ ਵੱਡੀ ਬਿਮਾਰੀ ਹੈ, ਉਸ ਤੋਂ ਬਾਅਦ ਕੁਛ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਕੈਡਮੀਅਮ ਹੈ, ਲੈਡ ਹੈ, ਲੈਡ ਜਿਹੜਾ ਹੈ ਬਹੁਤ ਹੀ ਟੌਕਸਿਕ ਹੁੰਦਾ ਹੈ, ਇਹਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ।
ਕੈਡਮੀਅਮ ਜਿਹੜਾ ਹੈ ਜਾਂ ਜਿਹੜਾ ਮਰਕਰੀ ਹੈ ਪਾਰਾ ਹੈ ਉਹਦੇ ਨਾਲ ਦਿਮਾਗ ਦੇ ਸੰਚਾਲਨ ਦੇ ਵਿੱਚ ਵੀ ਉਹਦੇ 'ਚ ਪ੍ਰੋਬਲਮਸ ਆਉਂਦੀਆਂ ਦਿੱਕਤ ਆਉਂਦੀ ਹੈ ਅਤੇ ਹਵਾ ਦੇ ਵਿੱਚ ਹਵਾ ਪ੍ਰਦੂਸ਼ਿਤ ਹੋਵੇ ਤਾਂ ਉਹਦੇ ਲਈ ਇੱਕ ਮਿੰਟ ਵੀ ਸਾਹ ਲੈਣ ਮੁਸ਼ਕਲ ਹੋ ਜਾਂਦਾ ਹੈ ਜੇ ਅਸੀਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਪਾਣੀ ਜਿਹੜਾ ਹੈ ਉਹ ਵੀ ਅੱਜ ਕੱਲ੍ਹ ਇੰਨਾ ਪ੍ਰਦੂਸ਼ਿਤ ਹੈ ਕਿ ਉਹਨੂੰ ਬਿਨਾਂ ਟ੍ਰੀਟਮੈਂਟ ਤੋਂ ਪੀਣਾ ਬਹੁਤ ਔਖਾ ਹੈ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਸ ਤਰ੍ਹਾਂ ਕਿ ਪਾਣੀ ਨਾਲ ਪ੍ਰਚਲਿਤ ਬਿਮਾਰੀਆਂ ਹੈਜਾ ਹੈ ਟਾਈਫਾਇਡ ਹੈ ਅਤੇ ਹੋਰ ਜਿਸ ਤਰ੍ਹਾਂ ਚਮੜੀ ਦੀਆਂ ਬਿਮਾਰੀਆਂ ਹਨ ਇਹ ਸਾਰੀਆਂ ਜਿਹੜੀਆਂ ਹਨ ਇਹ ਪ੍ਰਦੂਸ਼ਿਤ ਪਾਣੀ ਦੇ ਨਾਲ ਹੁੰਦੀਆਂ ਹਨ ਜੇ ਅਸੀਂ ਸੋਇਲ ਦੀ ਗੱਲ ਕਰੀਏ ਸੋਇਲ ਪੋਲਿਊਸ਼ਨ ਦੀ ਗੱਲ ਕਰੀਏ ਤੇ ਜਿਹੜੀਆਂ ਜਿਹੜਾ ਪਾਣੀ ਹੈ ਜਿਹੜਾ ਅਸੀਂ ਖੇਤੀਬਾੜੀ ਕਰਦੇ ਹਾਂ ਜੇ ਅਸੀਂ ਪਾਣੀ ਪ੍ਰਦੂਸ਼ਿਤ ਪਾਣੀ ਦੇ ਨਾਲ ਉਹਨਾਂ ਨੂੰ ਅਸੀਂ ਸਿੰਚਾਈ ਕਰਦੇ ਹਾਂ ਤੇ ਉਹੀ ਸਾਰੇ ਜ਼ਹਿਰੀਲੇ ਪਦਾਰਥ ਜਿਹੜੇ ਹਨ ਉਹ ਉਹਦੇ ਵਿੱਚ ਫਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਜਾਂਦੇ ਹਨ ਤੇ ਉਹ ਅਸੀਂ ਖਾਂਦੇ ਹਾਂ ਤੇ ਉਹਦੇ ਨਾਲ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ ਪੰਜਾਬ ਦੇ ਵਿੱਚ ਤੇ ਬਹੁਤ ਜ਼ਿਆਦਾ ਕੈਂਸਰ ਜਿਹੜਾ ਹੈ ਉਹ ਫੈਲਿਆ ਹੋਇਆ ਹੈ ਫਿਰ ਉਸ ਤੋਂ ਬਾਅਦ ਸੋਇਲ ਦੇ ਵਿੱਚ ਜਿਹੜਾ ਅਸੀਂ ਐਗਰੀਕਲਚਰ ਜਿਹੜੇ ਯੀਲਡ ਵਧਾਉਣ ਵਾਸਤੇ ਫਸਲਾਂ ਦੇ ਯੀਲਡ ਵਧਾਉਣ ਵਾਸਤੇ ਅਸੀਂ ਜਿਹੜੇ ਪੈਸਟੀਸਾਈਡ ਵਰਤ ਰਹੇ ਹਾਂ ਉਹ ਧਰਤੀ ਦੇ ਵਿੱਚ ਸਦੀਆਂ ਤੱਕ ਰਹਿਣਗੇ ਤੇ ਉਹ ਫਸਲਾਂ ਦੇ ਵਿੱਚ ਵੀ ਚਲੇ ਜਾਂਦੇ ਹਨ ਤੇ ਜਦੋਂ ਅਸੀਂ ਉਹਨਾਂ ਨੂੰ ਖਾਂਦੇ ਹਾਂ ਤੇ ਉਹਨਾਂ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਬਿਲਕੁਲ ਮਤਲਬ ਸਭ ਕੁਛ ਜਾਣਦੇ ਹੋਏ ਵੀ ਅਸੀਂ ਬਾਰ ਬਾਰ ਜਿਹੜਾ ਆਪਣਾ ਹੀ ਨੁਕਸਾਨ ਕਰਦੇ ਜਾ ਰਹੇ ਹਾਂ ਅਸੀਂ ਇਹ ਵੀ ਨਹੀਂ ਸੋਚ ਰਹੇ ਕਿ ਜਿਹੜਾ ਆਉਣ ਵਾਲਾ ਭਵਿੱਖ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਜਨਰੇਸ਼ਨ ਹੈ ਉਹਦੇ ਵਾਸਤੇ ਅਸੀਂ ਕੀ ਛੱਡ ਕੇ ਜਾ ਰਹੇ ਹਾਂ ਇਹ ਵੀ ਸਾਡੇ ਅੱਗੇ ਸਵਾਲ ਹੈ ਮੈਂ ਵੀ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਕਿ ਅਸੀਂ ਆਵਾਜ਼ ਦਾ ਪੋਲਿਊਸ਼ਨ ਕਹਿੰਦੇ ਹਾਂ ਆਵਾਜ਼ ਦਾ ਪੋਲਿਊਸ਼ਨ ਜਿਹੜਾ ਹੈ ਬਹੁਤ ਹੀ ਘਾਤਕ ਹੈ ਜਿਹੜੀ ਆਵਾਜ਼ ਸਾਡੇ ਕੰਨ ਨੂੰ ਬਹੁਤ ਸੂਦਿੰਗ ਲੱਗਦੀ ਹੈ ਉਹਨੂੰ ਅਸੀਂ ਮਿਊਜ਼ਿਕ ਕਹਿੰਦੇ ਹਾਂ ਪਰ ਜੇ ਇਸ ਤੋਂ ਜ਼ਿਆਦਾ ਹੋ ਜਾਂਦੀ ਹੈ ਜਿਸ ਤਰ੍ਹਾਂ ਜਿਹੜੀ ਆਵਾਜ਼ ਦਾ ਆਵਾਜ਼ ਨੂੰ ਅਸੀਂ ਇੱਕ ਇਕਾਈ ਹੈ ਜਿਹੜਾ ਡੈਸੀਬਲ ਉਹਦੇ ਨਾਲ ਅਸੀਂ ਮਈਅਰ ਕਰਦੇ ਹਾਂ 10 ਡੈਸੀਬਲ ਜਿਹੜੀ ਆਵਾਜ਼ ਹੈ ਉਹ ਸਾਡੇ ਕੰਨ ਨੂੰ ਬਹੁਤ ਸੂਦਿੰਗ ਹੁੰਦੀ ਹੈ ਹੁੰਦੀ ਹੈ ਜਿਸ ਤਰ੍ਹਾਂ ਪੱਤਿਆਂ ਦਾ ਫਰਫਰਾਉਣਾ ਇਹ 10 ਡੈਸੀਬਲ ਤੱਕ ਦੀ ਆਵਾਜ਼ ਹੁੰਦੀ ਹੈ ਉਸ ਤੋਂ ਬਾਅਦ ਜੇ ਅਸੀਂ ਕਹੀਏ 40 ਡੈਸੀਬਲ ਜਿਹੜਾ ਹੈ ਉਹ ਸਾਡੀ ਆਵਾਜ਼ ਜਿਹੜੀ ਹੈ ਸਾਨੂੰ ਅਸੀਂ ਟੋਲਰੇਟ ਕਰ ਸਕਦੇ ਹਾਂ ਅਤੇ ਵੱਧ ਤੋਂ ਵੱਧ ਜਿਹੜੀ ਲਿਮਿਟ ਹੈ ਉਹ 80 ਡੈਸੀਬਲ ਹੈ ਉਸ ਤੋਂ ਵੱਧ ਆਵਾਜ਼ ਜਿਹੜੀ ਹੈ ਉਹਨੂੰ ਅਸੀਂ ਆਵਾਜ਼ ਦਾ ਪੋਲਿਊਸ਼ਨ ਕਹਿੰਦੇ ਹਾਂ ਸ਼ੋਰ ਕਹਿੰਦੇ ਹਾਂ ਜਿਹੜੇ ਸਾਡੇ ਕੰਨਾਂ ਨੂੰ ਵੀ ਇਫੈਕਟ ਕਰ ਸਕਦੀ ਹੈ ਜਿਸ ਤਰ੍ਹਾਂ ਸਾਡੇ ਕੰਨ ਬੋਲੇ ਕਰ ਜੇ ਅਸੀਂ ਜਿਸ ਤਰ੍ਹਾਂ ਫੈਕਟਰੀਆਂ ਦੇ ਵਿੱਚ ਬਹੁਤ ਸਾਰੇ ਵਰਕਰ ਨੇ ਉਹ ਕੰਮ ਕਰ ਰਹੇ ਨੇ ਲਗਾਤਾਰ ਮਸ਼ੀਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣ ਰਹੇ ਹਨ ਉਹਨਾਂ ਦੇ ਉਹਨਾਂ ਨੂੰ ਹੌਲੀ ਆਵਾਜ਼ ਸੁਣਨੀ ਬੰਦ ਹੋ ਜਾਂਦੀ ਹੈ ਉਹਨਾਂ ਦੇ ਕੰਨਾਂ ਦੇ ਪਰਦੇ ਫਟ ਜਾਂਦੇ ਹਨ ਸੋ ਇਹ ਸਾਡੇ ਦਿਮਾਗ 'ਤੇ ਵੀ ਅਸਰ ਕਰਦੀਆਂ ਹਨ ਸਰੋਜੀ ਜਿਵੇਂ ਕਿ ਤੁਸੀਂ ਪ੍ਰਦੂਸ਼ਣ ਦੀ ਗੱਲ ਕੀਤੀ ਕਾਰਨ ਤੁਸੀਂ ਦੱਸੇ ਔਰ ਕਿਤੇ ਨਾ ਕਿਤੇ ਜੋ ਗੱਲ ਸਾਹਮਣੇ ਆਈ ਹੈ ਕਿ ਕੁਛ ਤਾਂ ਕੁਦਰਤੀ ਕਾਰਨ ਹੁੰਦੇ ਆ ਅਤੇ ਕੁਛ ਮੈਨ ਮੇਡ ਸੋਰਸਿਸ ਜੋ ਅਸੀਂ ਕਰਦੇ ਜਾ ਰਹੇ ਹਾਂ ਹੁਣ ਇਹ ਸਾਰੀ ਗੱਲਬਾਤ ਜਿਹੜੀ ਹੋ ਗਈ ਹੈ ਇਸ ਤੋਂ ਬਾਅਦ ਹੁਣ ਅਸੀਂ ਜਿਵੇਂ ਕਿ ਪ੍ਰਦੂਸ਼ਣ ਰਹਿਤ ਵਾਤਾਵਰਨ ਇਸ ਨੂੰ ਕਾਇਮ ਕਿਵੇਂ ਕਰੀਏ ਹੁਣ ਇਸ ਬਾਰੇ ਸਾਨੂੰ ਦੱਸੋ ਪ੍ਰਦੂਸ਼ਿਤ ਰਹਿਤ ਵਾਤਾਵਰਨ ਜਿਸ ਤਰ੍ਹਾਂ ਹੁਣ ਅਸੀਂ ਏਅਰ ਦੀ ਗੱਲ ਕਰੀਏ ਵਾਰੀ ਵਾਰੀ ਗੱਲ ਕਰੀਏ ਏਅਰ ਪੋਲਿਊਸ਼ਨ ਦੀ ਗੱਲ ਕਰੀਏ ਏਅਰ ਪੋਲਿਊਸ਼ਨ ਜਿਹੜੀ ਹੈ ਜਿਸ ਤਰ੍ਹਾਂ ਜਿਹੜੇ ਵੀ ਕਾਰਨ ਹਨ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਠੀਕ ਹੈ ਜਿਸ ਤਰ੍ਹਾਂ ਕਾਰਖਾਨੇ ਜਿਸ ਤਰ੍ਹਾਂ ਅਸੀਂ ਘਰੇਲੂ ਕਾਰਨ ਕਹਿ ਰਹੇ ਹਾਂ ਘਰੇਲੂ ਕਾਰਨ ਜਿਹੜੇ ਹਨ ਜਿਸ ਤਰ੍ਹਾਂ ਅਸੀਂ ਇਹ ਚੀਜ਼ਾਂ ਜਿਹੜੀਆਂ ਈਂਧਨ ਜਿਹੜਾ ਅਸੀਂ ਬਾਲਦੇ ਹਾਂ ਉਸ ਚੀਜ਼ ਨੂੰ ਅਸੀਂ ਅਸੀਂ ਨੈਚੁਰਲ ਗੈਸ ਵੱਲ ਤੁਰੀਏ ਅਸੀਂ ਨੈਚੁਰਲ ਗੈਸ ਜਿਹੜੀ ਹੈ ਉਹਦਾ ਉਹਦੀ ਵਰਤੋਂ ਕਰੀਏ ਉਸ ਤੋਂ ਬਾਅਦ ਅਸੀਂ ਇੰਡਸਟਰੀ ਦੇ ਵਿੱਚ ਵੀ ਅਸੀਂ ਜਿਹੜਾ ਵੀ ਉੱਥੋਂ ਵੇਸਟ ਨਿਕਲਦਾ ਹੈ ਕਚਰਾ ਨਿਕਲਦਾ ਹੈ ਜਾਂ ਹਾਨੀਕਾਰਕ ਜਿਹੜੇ ਤੱਤ ਨਿਕਲਦੇ ਹਨ ਜਿਹੜਾ ਪਾਣੀ ਦੇ ਵਿੱਚ ਅਸੀਂ ਬਹਾ ਦਿੰਦੇ ਹਾਂ ਜੀ ਅਸੀਂ ਉਹਨਾਂ ਨੂੰ ਕਾਰਖਾਨਿਆਂ ਵਾਲਿਆਂ ਨੂੰ ਜਿਹੜੇ ਸਾਡੇ ਏਜੰਸੀਜ਼ ਨੇ ਉਹਨਾਂ ਨੂੰ ਉਹ ਕਾਰਖਾਨਿਆਂ ਵਾਲਿਆਂ ਨੂੰ ਡਾਇਰੈਕਸ਼ਨ ਦੇਣ ਕਿ ਉਹ ਅੰਦਰ ਹੀ ਉਸ ਪਾਣੀ ਨੂੰ ਟ੍ਰੀਟ ਕਰਕੇ ਉਹਨੂੰ ਫਿਰ ਰੀਯੂਜ਼ ਕਰ ਲੈਣ ਅਸੀਂ ਜਿਹੜੀ ਇਹ ਪੋਲਿਸੀ ਹੈ ਰਿਡਿਊਸ ਰੀਯੂਜ਼ ਅਤੇ ਰੀਸਾਈਕਲ ਵਾਲੀ ਪੋਲਿਸੀ ਜਿਹੜੀ ਹੈ ਉਹਨੂੰ ਉਹਦੇ 'ਤੇ ਜ਼ੋਰ ਦਈਏ ਅਤੇ ਜਿੰਨੀਆਂ ਵੀ ਇਹ ਜਿਸ ਤਰ੍ਹਾਂ ਹੁਣ ਏਅਰ ਪੋਲਿਊਸ਼ਨ ਹੈ ਆਟੋਮੋਬਾਈਲਸ ਦੀ ਗੱਲ ਜੀ ਹੈ ਅਸੀਂ ਆਟੋਮੋਬਾਈਲਸ ਜਿਹੜੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਕਰੀਏ ਜਿਸ ਤਰ੍ਹਾਂ ਹਰ ਘਰ ਦੇ ਵਿੱਚ ਹਰ ਮੈਂਬਰ ਦੇ ਕੋਲ ਗੱਡੀ ਆਪਣਾ ਵਹੀਕਲ ਹੈ ਉਹਦੇ ਵਿੱਚੋਂ ਨਿਕਲਦੇ ਦਾ ਧੂੰਆਂ ਜਿਹੜਾ ਹੈ ਪਬਲਿਕ ਟਰਾਂਸਪੋਰਟ ਨੂੰ ਵਧਾ ਹਾਂਜੀ ਉਹਦਾ ਵੀ ਉਹਦੇ ਵਿੱਚੋਂ ਬਹੁਤ ਸਾਰੀਆਂ ਹਾਨੀਕਾਰਕ ਗੈਸਿਸ ਨਿਕਲਦੀਆਂ ਹਨ ਸੋ ਅਸੀਂ ਉਹਨਾਂ ਨੂੰ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਅਸੀਂ
ਘੱਟ ਤੋਂ ਘੱਟ ਯੂਜ਼ ਕਰੀਏ ਤਾਂ ਕਿ ਜਿੱਥੇ ਜ਼ਰੂਰਤ ਹੋਵੇ ਉੱਥੇ ਯੂਜ਼ ਕਰੀਏ। ਸੋ ਇਹ ਵਹੀਕਲਸ ਦੀ ਜਿਹੜੀ ਜਿਹੜੀ ਜ਼ਰੂਰਤ ਹੈ, ਆਪਣੀਆਂ ਜ਼ਰੂਰਤਾਂ ਨੂੰ ਘੱਟ ਕਰੀਏ ਪਹਿਲਾਂ ਤਾਂ, ਉਸ ਤੋਂ ਬਾਅਦ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਕਿ ਇਹਨੂੰ ਅਸੀਂ ਘਟਾ ਸਕਦੇ ਹਾਂ ਉਹਨੂੰ ਜ਼ਰੂਰ ਘਟਾਈਏ। ਅਤੇ ਉਸ ਤੋਂ ਬਾਅਦ ਪਾਣੀ ਪੋਲਿਊਸ਼ਨ, ਪਾਣੀ ਦੇ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਅਸੀਂ ਇਹ ਨਾ ਸੋਚੀਏ ਕਿ ਪਾਣੀ ਹਰ ਚੀਜ਼ ਨੂੰ ਸ਼ੁੱਧ ਕਰ ਦਿੰਦਾ ਹੈ। ਪਾਣੀ ਦੇ ਵਿੱਚ ਜਿਹੜੀ ਚੀਜ਼ ਅਸੀਂ ਪਾ ਦਿੰਦੇ ਹਾਂ ਉਹ ਚੀਜ਼ ਜਿਹੜੀ ਹੈ ਉਹ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ, ਉਹਦੇ ਵਿੱਚ ਦੁਰਗੰਧ ਦਿੰਦੀ ਹੈ। ਜਿਸ ਤਰ੍ਹਾਂ ਬਿਲਕੁਲ ਬਿਲਕੁਲ ਲਗਾਤਾਰ ਜ਼ਰੂਰੀ ਗੱਲਾਂ ਨੇ, ਅਸੀਂ ਇਹਨਾਂ ਕੀ ਕਾਰਨ ਨੇ ਅਤੇ ਕਿੱਦਾਂ ਕੀ ਹੋ ਸਕਦਾ, ਅਸੀਂ ਕੀ ਕਰ ਸਕਦੇ ਹਾਂ ਇਸ ਬਾਰੇ ਲਗਾਤਾਰ ਗੱਲਬਾਤ ਕਰਾਂਗੇ। ਇੱਕ ਗੀਤ ਸਾਡਾ ਬਿਲਕੁਲ ਤਿਆਰ ਹੈ, ਪ੍ਰੋਗਰਾਮ ਦਾ ਨਾਮ ਹੈ ਗੱਲਾਂ ਅਤੇ ਗੀਤ। ਗੱਲਾਂ ਦੇ ਨਾਲ ਨਾਲ ਇੱਕ ਗੀਤ ਵੀ ਸੁਣਦੇ ਹਾਂ। ਲੱਭਦਾ ਫਿਰੇ ਨੀ ਭਾਬੀ ਰੂਪ ਦੀਆਂ ਮੰਡੀਆਂ ਚੋਂ, ਲੱਭਦਾ ਫਿਰੇ ਨੀ ਭਾਬੀ ਰੂਪ ਦੀਆਂ ਮੰਡੀਆਂ ਚੋਂ, ਦਿਓਰ ਤੇਰਾ ਰੰਗ ਤੇਰੇ ਰੰਗ ਵਰਗਾ, ਰੰਗ ਵਰਗਾ ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ, ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ। ਗੁੱਸਾ ਗਿਲਾ ਕਰੇਨਾ ਮੇਰੇ ਨਾਲ ਲੜੇਨਾ, ਵੱਧ ਘੱਟ ਬੋਲ ਕੇ ਵੀ ਬੇਬੇ ਸਿਰ ਚੜੇਨਾ, ਗੁੱਸਾ ਗਿਲਾ ਕਰੇਨਾ ਮੇਰੇ ਨਾਲ ਲੜੇਨਾ, ਵੱਧ ਘੱਟ ਬੋਲ ਕੇ ਵੀ ਮੰਮੀ ਸਿਰ ਚੜੇਨਾ। ਇੱਕ ਮੁਖੜਾ ਵੀ ਹੋਵੇ, ਮੁਖੜਾ ਵੀ ਹੋਵੇ ਉਹਦਾ ਸੰਗ ਵਰਗਾ, ਮੈਂ ਕਿਹਾ ਸੰਗ ਵਰਗਾ, ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ, ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ। ਐਵੇਂ ਲੜੀ ਜਾਵੇ ਨਾ ਐਵੇਂ ਸੜੀ ਜਾਵੇ ਨਾ, ਨਿੱਤ ਰੋਜ਼ ਪੇਕਿਆਂ ਦੀ ਗੱਡੀ ਚੜੀ ਜਾਵੇ ਨਾ, ਐਵੇਂ ਲੜੀ ਜਾਵੇ ਨਾ ਐਵੇਂ ਸੜੀ ਜਾਵੇ ਨਾ, ਨਿੱਤ ਰੋਜ਼ ਪੇਕਿਆਂ ਦੀ ਗੱਡੀ ਚੜੀ ਜਾਵੇ ਨਾ। ਘਰ ਘਾਟ ਨਾ ਬਣਾਵੇ, ਘਾਟ ਨਾ ਬਣਾਵੇ ਨਿੰਮ ਲੰਘ ਵਰਗਾ, ਨਿੰਮ ਲੰਘ ਵਰਗਾ ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ, ਲੱਭ ਲੈ ਤੇ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ। ਭਾਬੀ ਪੇਕਿਆਂ ਨੂੰ ਜਾ ਕੇ ਗੱਲ ਮੇਰੀ ਤੂੰ ਚਲਾ ਕੇ, ਸਗਣਾ ਦੇ ਨਾਲ ਲਿਆ ਭੁਪਿੰਦਰ ਵੀ ਆ ਕੇ, ਭਾਬੀ ਸੰਧੂ ਨੂੰ ਵੀ ਆ ਕੇ, ਭਾਬੀ ਪੇਕਿਆਂ ਨੂੰ ਜਾ ਕੇ ਗੱਲ ਮੇਰੀ ਤੂੰ ਚਲਾ ਕੇ, ਸਗਣਾ ਦੇ ਨਾਲ ਲਿਆ ਭੁਪਿੰਦਰ ਵੀ ਆ ਕੇ, ਪਿੰਡ ਉਦੋ ਕੇ ਬਣਾਵੇ ਨਾ ਉਦੋ ਕੇ ਬਣਾਵੇ ਨਾ ਨੀ ਜੰਗ ਵਰਗਾ, ਮੈਂ ਕਿਹਾ ਜੰਗ ਵਰਗਾ, ਲੱਭ ਲੱਦ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ, ਲੱਭ ਲੱਦ ਰਾਣੀ ਭਾਬੀ ਦਿਓਰ ਵਾਸਤੇ, ਲੱਖ ਪਤਲਾ ਸਰੀਰ ਹੋਵੇ ਵੰਗ ਵਰਗਾ। ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ, ਤੇ ਜੇ ਗੱਲ ਕਰੀਏ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਸਰਕਾਰੀ ਪੱਧਰ ਤੇ ਕਿਹੜੇ ਕਦਮ ਚੁੱਕੇ ਜਾ ਰਹੇ ਨੇ? ਜੇ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ, ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਉਪਰਾਲੇ ਹੋ ਰਹੇ ਹਨ, ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੀ ਹੋਂਦ ਆਉਣ ਤੋਂ ਬਾਅਦ ਬਹੁਤ ਸਾਰੇ ਉਪਰਾਲੇ ਕੀਤੇ ਗਏ, ਜਿਸ ਤਰ੍ਹਾਂ ਕਿਆਟੋ ਪ੍ਰੋਟੋਕਾਲ ਹੈ ਜਿਹੜਾ ਕਿ ਸੰਯੁਕਤ ਰਾਸ਼ਟਰ ਨੇ ਜਪਾਨ ਦੇ ਵਿੱਚ ਕਿਆਟੋ ਸਿਟੀ ਦੇ ਵਿੱਚ ਇਹ ਜਿਹੜਾ ਹੈ ਇੱਕ ਬਹੁਤ ਵੱਡਾ ਇਕੱਠ ਕੀਤਾ। ਉਸ ਤੋਂ ਬਾਅਦ ਮੋਂਟਰੀਅਲ ਪ੍ਰੋਟੋਕਾਲ ਹੈ ਜਿਹਦੇ ਵਿੱਚ ਲੋਕਾਂ ਅੰਤਰਰਾਸ਼ਟਰੀ ਪੱਧ ਦੇ ਉੱਤੇ ਸਾਰੇ ਦੇਸ਼ਾਂ ਕੋਲੋਂ ਇਹ ਪ੍ਰਣ ਲਿਆ ਗਿਆ ਕਿ ਅਸੀਂ ਓਜ਼ੋਨ ਡਿਪਲੀਸ਼ਨ ਜਿਹੜਾ ਹੈ ਉਸਨੂੰ ਰੋਕਣਾ ਹੈ, ਉਹਦੇ ਉਪਰਾਲੇ ਕਰਨੇ ਹਨ, ਅਤੇ ਉਹਦੇ ਲਈ ਸਾਨੂੰ ਜਿਹੜੀਆਂ ਕਲੋਰੋ ਫਲੋਰੋ ਕਾਰਬਨ ਜਿਹੜੀਆਂ CFC ਹੈ ਉਸਦੀ ਅਸੀਂ ਉਹਨੂੰ ਕੱਟ ਡਾਊਨ ਕਰਨਾ ਹੈ, ਉਸਦੇ ਉਸਦੀ ਜਗ੍ਹਾ 'ਤੇ ਕੁਛ ਹੋਰ ਚੀਜ਼ਾਂ ਦੀ ਵਰਤੋਂ ਕਰਨੀ ਹੈ। ਉਸ ਤੋਂ ਬਾਅਦ ਕੁਛ ਇਸ ਤਰ੍ਹਾਂ ਦੀਆਂ ਪ੍ਰੋਡਕਟਸ ਹਨ ਜਿਸ ਤਰ੍ਹਾਂ ਕਿ ਏਅਰ ਕੰਡੀਸ਼ਨਡ ਹਨ, ਉਹਨਾਂ ਨੂੰ
ਉਹਨਾਂ ਦੇ ਸਟਾਰ ਵਧਾਏ ਗਏ ਤਾਂ ਕਿ ਉਹਦਾ ਇਲੈਕਟ੍ਰਿਸਿਟੀ ਕੰਜ਼ੰਪਸ਼ਨ ਜਿਹੜੀ ਹੈ ਉਹ ਘੱਟ ਹੋਵੇ। ਜੇ ਅਸੀਂ ਰਾਸ਼ਟਰੀ ਪੱਧਰ ਦੀ ਗੱਲ ਕਰੀਏ, ਰਾਸ਼ਟਰੀ ਪੱਧਰ ਦੇ ਉੱਤੇ ਵੀ ਬਹੁਤ ਸਾਰੇ ਉਪਰਾਲੇ ਹੋ ਰਹੇ ਹਨ, ਜਿਸ ਤਰ੍ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਸਵੱਛ ਭਾਰਤ ਦੀ ਗੱਲ ਹੋ ਰਹੀ ਹੈ, ਇਹ ਵਾਰ ਫੁਟਿੰਗ 'ਤੇ ਕੰਮ ਚੱਲ ਰਿਹਾ ਹੈ। ਇਹਦੇ ਵਿੱਚ ਸਾਰੇ ਹੀ ਜਿਹੜੇ ਹਨ ਡਿਸਟ੍ਰਿਕਟ ਲੈਵਲ ਦੇ ਉੱਤੇ ਔਰ ਸਿਟੀ ਲੈਵਲ ਦੇ ਉੱਤੇ ਹਰ ਕੋਈ ਉਪਰਾਲੇ ਕਰ ਰਿਹਾ ਹੈ, ਇਹਦੇ ਵਿੱਚ ਗੈਰ ਸਰਕਾਰੀ ਅਤੇ ਸਰਕਾਰੀ ਸਾਰੇ ਲੋਕ ਅਦਾਰੇ ਕੰਮ ਕਰ ਰਹੇ ਹਨ। ਅਤੇ ਮੈਨੂੰ ਇੱਥੇ ਕਹਿ ਕੇ ਗਰਵ ਹੋਏਗਾ ਕਿ ਸਾਡੀ ਆਪਣੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਵੱਛ ਭਾਰਤ ਦੇ ਵਿੱਚ ਦੂਸਰਾ ਸਥਾਨ ਪਾਇਆ ਹੈ। ਅਤੇ ਇਹਦੇ ਵਿੱਚ ਅਸੀਂ ਕਈ ਉਪਰਾਲੇ ਕੀਤੇ ਹਨ ਆਪਣੇ ਇੰਸਟੀਟਿਊਸ਼ਨਲ ਲੈਵਲ ਦੇ ਉੱਪਰ, ਜਿਹਦੇ ਵਿੱਚ ਅਸੀਂ ਵਾਟਰ ਹਾਰਵੈਸਟਿੰਗ ਸਿਸਟਮ ਜਿਹੜਾ ਹੈ ਇੰਸਟਾਲ ਕੀਤਾ ਹੈ, ਉਸ ਤੋਂ ਬਾਅਦ ਸੋਲਰ ਸਿਸਟਮ ਜਿਹੜਾ ਹੈ ਉਹ ਅਸੀਂ ਇੰਸਟਾਲ ਕੀਤਾ ਹੈ। ਅਤੇ ਸੋ ਇਹਨਾਂ ਚੀਜ਼ਾਂ ਲਈ ਸੋਲਰ ਸਿਸਟਮ ਜਿਹੜਾ ਹੈ ਉਹਨੂੰ ਇੰਸਟਾਲ ਕਰਨ ਲਈ ਬਹੁਤ ਸਾਰੀਆਂ ਸਬਸਿਡੀਜ਼ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਲੋਕ ਵੀ ਇਹਦੇ ਤੋਂ ਉਤਸ਼ਾਹਿਤ ਹੋਣ ਅਤੇ ਲੋਕ ਵੀ ਇਸ ਵੱਲ ਤੁਰਨ। ਅਤੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਾਸਤੇ ਬਹੁਤ ਸਾਰੇ ਸੈਮੀਨਾਰ ਕਰਵਾਏ ਜਾਂਦੇ ਹਨ, ਵਰਕਸ਼ਾਪ ਕਰਵਾਈਆਂ ਜਾਂਦੀਆਂ ਹਨ। ਸਾਡੀ ਆਪਣੀ ਸਟੇਟ ਲੈਵਲ ਦੇ ਉੱਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਹੈ, ਹੋਰ ਵੀ ਬਹੁਤ ਸਾਰੇ NGOs ਹਨ ਜਿਹੜੀਆਂ ਕੰਮ ਕਰ ਰਹੀਆਂ ਹਨ ਔਰ ਉਹ ਲੋਕਾਂ ਨੂੰ ਸਕੂਲ ਲੈਵਲ ਦੇ ਉੱਤੇ ਬੱਚਿਆਂ ਨੂੰ ਔਰ ਯੂਨੀਵਰਸਿਟੀ ਲੈਵਲ 'ਤੇ ਕਾਲਜ ਲੈਵਲ ਦੇ ਉੱਤੇ ਇਹ ਸਾਰੇ ਸੈਮੀਨਾਰ ਕਰਵਾਉਣ ਵਾਸਤੇ ਉਹ ਉਹਨਾਂ ਨੂੰ ਫੰਡਸ ਵੀ ਦਿੰਦੇ ਹਨ ਅਤੇ ਉਹਨਾਂ ਦਾ ਪੂਰਾ ਸਰਵੇਖਣ ਵੀ ਕਰਦੇ ਹਨ ਕਿ ਲੋਕਾਂ ਨੂੰ ਕਿਸ ਤਰ੍ਹਾਂ ਅਸੀਂ ਜਾਗਰੂਕ ਕੀਤਾ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਸਮਝੇਗਾ ਔਰ ਨਾ ਸਿਰਫ ਸਮਝੇਗਾ ਬਾਖੂਬੀ ਉਸਨੂੰ ਨਿਭਾਏਗਾ। ਜੀ ਆਮ ਆਦਮੀ ਸਭ ਤੋਂ ਪਹਿਲਾਂ ਸਾਨੂੰ ਇਹ ਸਿੱਖਣਾ ਪਏਗਾ ਕਿ ਸਾਰੇ ਹੀ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਹਨ ਜਾਂ ਜਿੰਨੇ ਵੀ ਭੌਤਿਕ ਤੱਤ ਹਨ ਉਹਨਾਂ ਦੀ ਰਿਸਪੈਕਟ ਕਰਨਾ ਪੈਂਦਾ ਸਿੱਖੀਏ। ਤੇ ਸਭ ਤੋਂ ਪਹਿਲਾਂ ਅਸੀਂ ਇਹ ਵੀ ਸਿੱਖੀਏ, ਆਪਣੇ ਕੋਲੋਂ ਪ੍ਰਸ਼ਨ ਪੁੱਛੀਏ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਉਹ ਅਸੀਂ ਜਗ੍ਹਾ ਜਿਹੜੀ ਹੈ ਉਹ ਕਿਹੜੀ ਜਗ੍ਹਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਅਤੇ ਅਸੀਂ ਉਹਦੇ ਕਿਸ ਤਰ੍ਹਾਂ ਧਿਆਨ ਰੱਖਦੇ। ਬਿਲਕੁਲ ਇੱਕ ਕਲਿਪਿੰਗ ਵੀ ਤਿਆਰ ਕੀਤੀ ਗਈ ਹੈ ਇਸ ਬਾਰੇ, ਦੇਖਦੇ ਹਾਂ। ਬਿਜਲੀ ਨਾ ਜਲਾਈ ਜਾਵੇ, CFL ਬੱਲਬ ਵਰਤੇ ਜਾਣ ਜਿਸ ਨਾਲ ਬਿਜਲੀ ਦੀ ਖਪਤ ਤੀਜਾ ਹਿੱਸਾ ਰਹਿ ਜਾਂਦੀ ਹੈ। ਜ਼ਿਆਦਾਤਰ ਲੋਕ ਇਹ ਸਮਝਦੇ ਨੇ ਕਿ ਜਦੋਂ ਅਸੀਂ ਕੰਪਿਊਟਰ ਨੂੰ ਸਕਰੀਨ ਸੇਵਰ ਮੋਡ 'ਤੇ ਲਾ ਦਿੰਦੇ ਹਾਂ ਤਾਂ ਸ਼ਾਇਦ ਬਿਜਲੀ ਦੀ ਖਪਤ ਨਹੀਂ ਹੁੰਦੀ। ਇਹ ਸੋਚ ਸਹੀ ਨਹੀਂ, ਕਿਉਂਕਿ ਅਜਿਹਾ ਕਰਨ ਨਾਲ ਬਿਜਲੀ ਵੀ ਖਰਚ ਹੁੰਦੀ ਹੈ ਅਤੇ ਵਾਤਾਵਰਣ ਵਿੱਚ ਕਾਰਬਨ ਦੀ ਨਿਕਾਸੀ ਵੀ ਫੈਲਦੀ ਹੈ। ਇਸ ਲਈ ਕੰਪਿਊਟਰ ਨੂੰ ਪੂਰੀ ਤਰ੍ਹਾਂ ਬੰਦ ਕਰੋ। ਵੱਧ ਤੋਂ ਵੱਧ ਵਧੀਆ ਉਪਕਰਨ ਇਸਤੇਮਾਲ ਕਰੋ। ਇਹ ਆਮ ਉਪਕਰਨ ਤੋਂ 10 ਗੁਣਾ ਤੱਕ ਘੱਟ ਬਿਜਲੀ ਦੀ ਖਪਤ ਕਰਦੇ ਨੇ, ਦੇਰ ਤੱਕ ਚੱਲਦੇ ਨੇ ਅਤੇ ਆਪ ਦੀ ਮਸ਼ੀਨ ਨੂੰ ਨੁਕਸਾਨ ਨਹੀਂ ਹੋਣ ਦਿੰਦੇ। ਭਾਰਤ ਵਿੱਚ AC ਫਰਿੱਜ ਆਦਿ ਉੱਤੇ 1 ਤੋਂ 5 ਸਟਾਰ ਲੱਗੇ ਹੁੰਦੇ ਨੇ। ਧਿਆਨ ਰੱਖੋ, ਜਿੰਨੇ ਵੱਧ ਸਟਾਰ ਓਨੀ ਵਧੀਆ ਚੀਜ਼ ਅਤੇ ਓਨੀ ਘੱਟ ਖਪਤ। ਪਲਾਸਟਿਕ ਬੈਗ 'ਤੇ ਪਾਬੰਦੀ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਲਾਸਟਿਕ ਦੇ ਬੈਗ ਬਣਨ ਲੱਗਿਆਂ ਅਤੇ ਨਸ਼ਟ ਹੋਣ ਲੱਗਿਆਂ ਭਾਰੀ ਮਾਤਰਾ ਵਿੱਚ ਬਹੁਤ ਜ਼ਹਿਰੀਲੇ ਤੱਤ ਵਾਤਾਵਰਣ ਵਿੱਚ ਛੱਡਦੇ ਨੇ। ਇਸ ਕਰਕੇ ਜਦੋਂ ਕੁਝ ਖਰੀਦਣ ਜਾਈਏ ਘਰੋਂ ਕੱਪੜੇ ਦਾ ਥੈਲਾ ਲਿਜਾਣਾ ਨਾ ਭੁੱਲੋ। ਇੱਕ ਤਾਂ ਮਜ਼ਬੂਤ ਤੇ ਦੂਜਾ ਪ੍ਰਦੂਸ਼ਣ ਮੁਕਤ। ਭਵਿੱਖ ਵਿੱਚ ਮਣਾ ਮੂਹੀ ਕਾਗਜ਼ਾਂ ਦੀ ਥਾਂ ਤੇ ਈਮੇਲ ਦੀ ਵਰਤੋਂ ਕਰੋ। ਕਾਗਜ਼ ਦਰਖਤ ਨੂੰ ਮਾਰ ਕੇ ਜਨਮ ਲੈਂਦੇ ਨੇ, ਇਸ ਸੰਬੰਧੀ ਵੀ ਸੋਚੀਏ। ਵਾਹਨ ਘੱਟ ਵਰਤੋ। ਪੈਦਲ ਚੱਲੋ, ਸਾਈਕਲ ਚਲਾਓ ਜਾਂ ਕਾਰ ਸਾਂਝੇ ਖਰਚੇ ਤੇ ਵਰਤੋ। ਜਨਤਕ ਵਾਹਨਾਂ ਦੀ ਵਰਤੋਂ ਕਰੋ। ਤੁਸੀਂ 5 ਕਿਲੋਮੀਟਰ ਵਾਹਨ ਘੱਟ ਚਲਾਉਣ ਨਾਲ 1.5 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੇ ਜ਼ਹਿਰ ਤੋਂ ਬਚ ਸਕਦੇ ਹੋ। CNG ਤੇ LPG ਤੇ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਜੇ ਲੋੜੀਂਦੀ ਨਹੀਂ ਤਾਂ ਝੱਟ ਹੀ ਆਪਣੇ ਵਾਹਨ ਬੰਦ ਕਰ ਦਿਓ। ਆਪਣੇ ਵਾਹਨ ਦੇ ਟਾਇਰ ਚੈੱਕ ਕਰੋ। ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਅਸੀਂ ਕਲਿਪਿੰਗ 'ਚ ਹੁਣੇ ਉਹਨੇ ਦੇਖੀਆਂ, ਇਹ ਸੋਚਣ ਵਾਲੀਆਂ ਨੇ ਅਤੇ ਆਪਣੇ ਆਪ ਨੂੰ ਸਮਝਾਉਣ ਵਾਲੀਆਂ ਗੱਲਾਂ ਨੇ ਕਿ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਜੋ ਵਾਤਾਵਰਨ ਜਿਹੜਾ ਹੈ ਪ੍ਰਦੂਸ਼ਣ ਰਹਿਤ ਹੋ ਸਕੇ। ਇਸ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਹੋਰ ਵਧੀਆ, ਹੋਰ ਸ਼ੁੱਧ ਕਰ ਸਕੀਏ?
ਅਸੀਂ ਸਭ ਤੋਂ ਇਹ ਚੀਜ਼ਾਂ ਤੋਂ ਇਲਾਵਾ ਜੀ ਕੁਛ ਅਸੀਂ ਜਿਸ ਤਰ੍ਹਾਂ ਪੌਦੇ ਲਗਾਈਏ, ਪੌਦੇ ਜਿਹੜੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਲਗਾਈਏ, ਲੋਕਾਂ 'ਚ ਜਾਗਰੂਕਤਾ ਪੈਦਾ ਕਰੀਏ। ਪੌਦੇ ਜਿਹੜੇ ਹਨ ਇਸ ਤਰ੍ਹਾਂ ਦੀ ਇੱਕ ਦੇਣ ਹਨ ਕਿ ਜਿਸ ਦੇ ਨਾਲ ਨੋਇਸ ਪੋਲਿਊਸ਼ਨ ਜਿਹੜਾ ਹੈ, ਆਵਾਜ਼ ਦਾ ਪੋਲਿਊਸ਼ਨ ਘੱਟਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਇੱਕ ਪੌਦਾ ਜਿਹੜਾ ਹੈ ਉਹ 10 ਡੈਸੀਬਲ ਆਵਾਜ਼ ਨੂੰ ਘੱਟ ਕਰਦਾ ਹੈ। ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਾਈਏ ਕਿ ਪੌਦੇ ਲਗਾਉਣ ਅਤੇ ਉਹਨਾਂ ਨੂੰ ਅਡੋਪਟ ਕਰਨ, ਹਰ ਪੌਦੇ ਦਾ ਧਿਆਨ ਵੀ ਰੱਖਣ, ਪਾਲਣ ਪੋਸ਼ਣ ਵੀ ਕਰਨ, ਤਾਂ ਕਿ ਪੌਦੇ ਲਗਾ ਕੇ ਉਸ ਤਰ੍ਹਾਂ ਇਹਨਾਂ ਛੱਡ ਦਿੱਤਾ ਜਾਵੇ। ਅਤੇ ਪੰਜਾਬ ਸਰਕਾਰ ਵੀ ਇਸ ਦੇ ਉੱਤੇ ਬਹੁਤ ਉਪਰਾਲੇ ਕਰ ਰਹੀ ਹੈ ਕਿ ਇਹ ਪੌਦੇ ਜਿਹੜੇ ਵੰਡ ਰਹੀ ਹੈ ਲੋਕਾਂ ਦੇ ਵਿੱਚ, ਕਿ ਲੋਕ ਜਿਹੜੇ ਆ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਪੌਦੇ ਲਗਾਉਣ। ਅਤੇ ਇਹਦੇ ਵਿੱਚ ਇਹ ਹੈ ਕਿ ਪੌਦੇ ਜਿਹੜੇ ਹਨ, ਜਿਸ ਤਰ੍ਹਾਂ ਹੁਣ ਰੇਲਵੇ ਸਟੇਸ਼ਨ ਹੈ ਜਾਂ ਬੱਸ ਸਟੈਂਡ ਹਨ, ਇਹਨਾਂ ਜਗ੍ਹਾ ਦੇ ਉੱਤੇ ਪੌਦਿਆਂ ਦੀਆਂ ਲੇਅਰਸ ਲਗਾਈਆਂ ਜਾਣ, ਜਿਸ 4-5 ਲੇਅਰਸ ਲਗਾਈਆਂ ਜਾਣ। ਸੋ ਇੱਕ ਗ੍ਰੀਨ ਮਫਲ ਸਕੀਮ ਹੈ ਜਿਹਦੇ ਵਿੱਚ ਹੈ ਕਿ ਆਵਾਜ਼ ਦਾ ਪ੍ਰਦੂਸ਼ਣ ਘੱਟ ਕਰਨ ਵਾਸਤੇ ਇਹ 4-5 ਲੇਅਰ ਜਿਹੜੀਆਂ ਹਨ ਉਹ ਲਗਾਈਆਂ ਜਾਣ। ਸੋ ਸਭ ਤੋਂ ਪਹਿਲਾਂ ਤਾਂ ਪੌਦੇ ਜਿਹੜੇ ਹਨ, ਉਸ ਤੋਂ ਬਾਅਦ ਸਾਡੇ ਜੰਗਲ ਘੱਟ ਰਹੇ ਹਨ, ਅਤੇ ਪੌਦੇ ਜਿਹੜੇ ਹਨ ਸਿਰਫ ਆਈਸੋਲੇਟਡ ਨਾ ਲਗਾਏ ਜਾਣ, ਕਿਤੇ ਨਾ ਲਗਾਏ ਜਾਣ, ਪਰ ਇੱਕ ਗੌਰਮੈਂਟ ਵੱਲੋਂ ਥੋੜ੍ਹੀ ਜਿਹੀ ਐਫਰਟ ਹੋਣੀ ਚਾਹੀਦੀ ਹੈ ਕਿ ਅਸੀਂ ਇਹਨੂੰ ਇੱਕ ਕਿਸਮ ਦਾ ਇਕੱਠੇ ਪੌਦੇ ਲਗਾਈਏ ਜਿਹਦੇ ਵਿੱਚ ਜਿਸ ਤਰ੍ਹਾਂ 2 ਜਾਂ 5 ਏਕੜ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਪੌਦੇ ਲਗਾ ਕੇ ਅਤੇ ਉਹਨਾਂ ਨੂੰ ਅਸੀਂ ਮਤਲਬ ਇੱਕ ਜੰਗਲ ਦਾ ਰੂਪ ਦੇ ਸਕੀਏ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਜਿਹੜਾ ਆਪਣੇ ਇਸ ਵਾਤਾਵਰਣ ਦਾ ਇਨਵਾਇਰਮੈਂਟ ਦਾ ਧਿਆਨ ਜਿਹੜਾ ਹੈ ਆਪ ਰੱਖਣਾ, ਔਰ ਅਸੀਂ ਮਿਲ ਕੇ ਅੱਜ ਇਹੀ ਕਹਿ ਸਕਦੇ ਹਾਂ ਕਿ ਆਓ ਸਾਰੇ ਮਿਲ ਕੇ ਵਾਅਦਾ ਕਰੀਏ, ਵਾਤਾਵਰਣ ਨੂੰ ਸਵੱਛ ਬਣਾਉਣ ਦਾ ਇਰਾਦਾ ਕਰੀਏ। ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ, ਖਾਸ ਤੌਰ 'ਤੇ ਵਿਦਿਆਰਥੀਆਂ ਨੂੰ, ਯੁਵਾਵਾਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਬੈਕ ਟੂ ਨੇਚਰ ਆਉਣਾ ਚਾਹੀਦਾ ਜੀ। ਸਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ, ਆਪਣੀਆਂ ਜ਼ਰੂਰਤਾਂ ਨੂੰ ਘੱਟ ਕਰਨਾ ਚਾਹੀਦਾ। ਅਸੀਂ ਰਿਡਿਊਸ ਔਰ ਇਹ ਜਿਹੜਾ ਹੈਗਾ ਰੀਯੂਸ ਅਤੇ ਰੀਸਾਈਕਲ ਦੀ ਜਿਹੜੀ ਹੈ ਪੋਲਿਸੀ ਜਿਹੜੀ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਅਪਣਾਈਏ, ਅਤੇ ਬਾਕੀ ਇਹ ਜਾਗਰੂਕਤਾ ਜਿਹੜੀ ਹੈ ਇਹ ਸਾਡੇ ਯੰਗ ਜਨਰੇਸ਼ਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਇਹਨਾਂ ਨੇ ਹੀ ਅੱਗੋਂ ਸਾਰੇ ਵਾਤਾਵਰਨ ਨੂੰ ਲੈ ਕੇ ਚੱਲਣਾ ਹੈ। ਡਾਕਟਰ ਸਰੋਜ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ, ਔਰ ਪਿਆਰੇ ਦਰਸ਼ਕੋ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਪਟਿਆਲੀ ਚੁੰਨੀ ਮੁੱਖ ਮਾਰੇ ਲਿਸ਼ਕਾਂ, ਗੋਰੇ ਰੰਗ ਦੀਆਂ ਮੁੰਡਾ ਤਾਰੇ ਕਿਸ਼ਤਾਂ, ਓਏ ਕੱਚ ਕਦੀ ਪਰੀ ਨੇ ਵੀ ਛੱਜ ਕੱਟਤਾ। ਮਾਰੀ ਬਾ